ਹੋ ਸਾਰੇ ਜਣੇ ਮੂਵੀ ਵੇਖ ਲਈ? ਕਿਵੇਂ ਦੀ ਲੱਗੀ ਜੇ? ਹੈਲੋ ਪੁੱਤ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਤੁਹਾਡਾ ਸਾਡੇ ਅੱਜ ਨਵੇਂ ਵਲੌਗ ਵਿੱਚ। ਤੇ ਅੱਜ ਦਾ ਵਲੌਗ ਬਹੁਤ ਹੀ ਸੋਹਣਾ ਵਲੌਗ ਆ, ਬਹੁਤ ਹੀ ਘੈਂਟ ਵਲੌਗ ਆ। ਕਰੀ ਜਾਣਾ ਲੱਛਣ ਜੀ, ਪੂਰਾ ਮੈਂ ਇੱਥੇ ਆਉਂਦੇ, ਉੱਥੇ ਤਾਂ ਕਾਲਾ ਹੁੰਦਾ ਸੀ ਪਿੱਛੇ, ਤੇ ਉਹਨੇ ਗੱਡੀ ਠੋਕ ਦੇਣੀ, ਤੂੰ ਰਹਿੰਦੇ ਐਂ ਸਹੀ ਆ, ਤੂੰ ਨਹੀਂ ਆਉਣਾ, ਤੂੰ ਤਾਂ ਐਂ ਬੰਦੇ ਹੀ ਆ। ਮੈਂ ਤਾਂ ਐਵੇਂ ਮਹਾਂ ਬਚਿਆ ਵੇ, ਜਵਾਕਾਂ ਨੂੰ ਯਾਰ ਪੰਜਾਬੀ ਕਲਚਰ ਨਾਲ ਜੋੜਨਾ, ਮਤਲਬ ਜਿਹੜੀਆਂ ਚੀਜ਼ਾਂ ਅੱਜ ਦੇ ਟਾਈਮ ਚ ਜਵਾਕ ਖੁੰਝਦੇ ਆਉਂਦੇ ਆ, ਉਹ ਚੀਜ਼ਾਂ ਜ਼ਰੂਰੀ ਆ। ਕਿਸੇ ਮਾਧਿਅਮ ਥਰੂ ਵਿਖਾਇਆ ਜਾਵੇ, ਉਹਨਾਂ ਨੂੰ ਸਮਝਾਇਆ ਜਾਵੇ, ਵਧੀਆ ਗੱਲ ਹੀ, ਬਹੁਤ ਵਧੀਆ ਗੱਲ ਆ। ਆਉਣ ਵਾਲੀ ਜਨਰੇਸ਼ਨ ਇਹ ਚੀਜ਼ਾਂ ਸਮਝੇ ਤੇ ਬਹੁਤ ਨਾਈਸ ਆ। ਸੋ ਉਹ ਚੀਜ਼ ਭਾਉਣ ਚੱਲਿਆ, ਬਾਕੀ ਵੇਖੋ ਕਿਵੇਂ ਦੀ ਮੂਵੀ ਆ, ਜਾ ਕੇ ਵੇਖਾਂਗੇ ਤਾਂ ਫਿਰ ਦੱਸਾਂਗੇ ਕੀ ਰਿਵਿਊ ਉਹਦਾ। ਤੇ ਧੰਨਵਾਦ, ਚੈਨਲ ਨਾਲ ਸਬਸਕ੍ਰਾਈਬ ਤੇ ਵਲੌਗ ਨਾਲ ਜੁੜੇ ਰਹੋ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਿੱਖ ਧਰਮ ਦੇ ਨਾਲ ਰਿਲੇਟਡ ਬਣੀ ਹੋਈ ਮੂਵੀ ਹੈ, ਸੋ ਸਿੱਖਾਂ ਦੇ ਬੇਸ ਦੇ ਨਾਲ ਜੁੜੀ ਹੈ, ਜਨਮ ਤੋਂ ਲੈ ਕੇ ਮਰਨ ਤੱਕ ਅਰਦਾਸ ਜੁੜੀ ਹੈ ਸਿੱਖ ਦੇ ਨਾਲ, ਅਤੇ ਉਹ ਸਰਬੱਤ ਦੇ ਭਲੇ ਦੀ ਅਰਦਾਸ ਹੈ। ਸੋ ਸਾਰਿਆਂ ਨੇ ਜਾ ਕੇ ਵੱਧ ਚੜ੍ਹ ਕੇ ਅਤੇ ਮੂਵੀ ਦੇਖਣੀ ਹੈ ਅਤੇ ਦਿਖਾਉਣੀ ਹੈ, ਬਹੁਤ ਹੀ ਸਿੱਖਿਆ ਯੋਗ ਮੂਵੀ ਹੈ। ਇਸੇ ਕਰਕੇ ਉਪਰਾਲਾ ਸੋ ਅਸੀਂ ਆਪਦੇ ਪਿੰਡ ਅਤੇ ਆਪਦੇ ਸਕੂਲ ਤੋਂ ਹੀ ਸ਼ੁਰੂ ਕੀਤਾ ਹੈ, ਤਾਂ ਜੋ ਆਉਣ ਵਾਲੀ ਪਨੀਰੀ ਹੈ, ਬੱਚੇ ਹੈ, ਅਤੇ ਇਹਨਾਂ ਦੇ ਲਈ ਜੋ ਕਿ ਸਿੱਖ ਧਰਮ ਦੇ ਨਾਲ ਕਨੈਕਟ ਰਹਿਣਗੇ, ਜੁੜਨਗੇ, ਕੋਈ ਸਿੱਖਿਆ ਦੀ ਗੱਲ ਇਹਨਾਂ ਨੂੰ ਪ੍ਰਾਪਤ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਕਾਂ ਚ ਬਾਈ, ਜਵਾਕ ਅੰਦਰ, ਤੁਸੀਂ ਆਪਣੀ ਮਦਦ ਲਾ ਜਾਓ, ਮੈਂ ਜਵਾਕ ਆ ਕਿਤੇ। ਜਵਾਕ ਪਹਿਲਾਂ ਜਵਾਕਾਂ ਨੂੰ ਵਿਖਾਉਣੀ ਆ, ਪਹਿਲਾਂ ਜਵਾਕਾਂ ਨੂੰ ਵਿਖਾਉਣੀ ਆ। ਲਓ ਜਵਾਕਾਂ ਨੂੰ ਮੂਵੀ ਵਿਖਾਉਣਾ ਅਰਦਾਸ ਸਰਬੱਤ ਦੇ ਭਲੇ ਦੀ। ਗੁੱਗੂ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਆਪਾਂ ਇਹ ਜੋ ਕੰਮ ਕਰ ਰਹੇ ਵਧੀਆ ਕਰ ਰਹੇ ਹਾਂ ਯਾਰ, ਬਾਕੀ ਫਿਲਮਾਂ ਸਾਰੇ ਵੇਖਦੇ, ਇਹਦੇ ਨਾਲ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਪਹਿਲੀ ਅਰਦਾਸ ਜਦੋਂ ਵੇਖੀ ਹੈ ਨਾ, ਇਹਦੇ ਨਾਲ ਯਾਰ ਕਿਤੇ ਨਾ ਕਿਤੇ ਲੋਕ ਮੋਟੀਵੇਟ ਹੀ ਹੁੰਦੇ ਆ, ਇੱਕ ਦੂਜੇ ਨਾਲ ਜੁੜਦੇ ਆ। ਸੋ ਤਾਂ ਜਵਾਕਾਂ ਨੂੰ ਵਿਖਾਉਣਾ ਅਰਦਾਸ ਸਰਬੱਤ ਦੇ ਭਲੇ ਦੀ। ਲਓ ਜੀ, ਆਹ ਮੂਵੀ ਵਿਖਾਉਣਾ ਜੀ, ਤੁਸੀਂ ਆਪਣੇ ਪਿੰਡ ਦੇ ਜਵਾਕਾਂ ਨੂੰ ਜ਼ਰੂਰ ਲੈ ਕੇ ਆਓ, ਜਿੰਨਾ ਉਦਮ ਕਰ ਸਕਦੇ ਕਰੋ। ਹਾਂਜੀ ਮੋਟਾ ਜੀ, ਵਾਹ ਜਵਾਕ ਹੋ ਗਏ ਮੋਟੇ, ਇਹ ਕੰਮ ਬਹੁਤ ਜ਼ਰੂਰੀ ਜੋ ਕਰ ਰਹੇ ਹਾਂ, ਕਰਨਾ ਚਾਹੀਦਾ। ਉਹ ਕਿੱਧਰ ਦੀ ਆ ਗਏ ਜਵਾਕ, ਉਹ ਵੀ ਆ ਗਏ ਲੈ। ਲੈਣ ਚ ਲੱਭੋ ਜਵਾਕੋ, ਤੈਨੂੰ ਮੈਂ ਮੈਡਮ ਨੂੰ ਸ਼ਿਕਾਇਤ ਲਾਉਣ ਲੱਗਾ, ਜਵਾਕ ਲੈਣ ਚ ਨਹੀਂ ਲੱਗਦੇ ਪਏ। ਲੈਣ ਚ ਨਹੀਂ ਲੱਗ ਗਿਆ।
ਕਿੰਨੇ ਹੋ ਗਏ ਸਾਰੇ ਜਣੇ? 100 ਤੋਂ ਉੱਤੇ ਟੱਪ ਗਏ ਆ। ਚਲੋ ਬਹੁਤ ਵਧੀਆ ਕੰਮ ਕਰ ਰਹੇ ਆ। ਵੇਖੋ ਜੀ ਜਵਾਕਾਂ ਨੂੰ ਵਿਖਾਉਣਾ ਫਿਲਮ, ਆਪਾਂ ਜਵਾਕਾਂ ਨੂੰ ਫਿਲਮ ਵਿਖਾਉਣਾ। ਜਵਾਕਾ ਦੇ ਕੇ ਬੈ, ਜਵਾਕ ਪੂਰੇ ਜਵਾਕ ਪੂਰੇ ਖੁਸ਼ ਆ। ਦਾਨ ਪੁੰਨ ਕਰ ਲਾ, ਦਾਨ ਪੁੰਨ ਜਵਾਕ ਪੂਰੇ ਖੁਸ਼। ਇੰਨੇ ਜਣਾ ਫਿਲਮ ਯੋਗਦਾਨ ਆ, ਆਪਣਾ ਯੋਗਦਾਨ ਹੈ। ਹਾਂ, ਇਹਦਾ ਸਿਰਫ ਯੋਗਦਾਨ ਹੀ ਆ। ਚੰਗਾ ਕੰਮ ਕਰ ਰਿਹਾ ਆਪਾਂ। ਕੀ ਕਿਹਾ ਵਾ ਫਿਲਮ ਦੇ ਵਿੱਚ ਇੰਨਾ ਯੋਗਦਾਨ ਗਿਆ। ਸੋਚ ਵਾਗ ਲੈਣ ਦਾ ਤੇ ਕਹਿੰਦਾ ਦਾਨ ਪੁੰਨ ਕਰ ਥੋੜੇ ਨੂੰ ਮਾਰਨਾ। ਮੈਂ ਪੂਰੇ ਖੁਸ਼ ਆ ਜਵਾਕ ਅੱਜ। ਲਓ ਜੀ ਅਰਦਾਸ ਸਰਬੱਤ ਦੇ ਭਲੇ ਦੀ ਮੂਵੀ ਵਿਖਾਉਣਾ ਹੈ ਜਵਾਕਾਂ ਨੂੰ, ਬੀਬੀਆਂ ਨੂੰ। ਜਸਪਾਲ ਗੁੱਗੂ ਗਵਾ ਲਿਆ, ਕਿੱਥੇ ਆ? ਪਿੱਛੇ 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 ਲੈਟ ਜਗਾ ਤੂੰ ਹੁਣ ਹੁਣ ਹੈਗਾ ਲੱਭ ਗਿਆ ਰੱਖੇ ਦਾ ਕੋਈ ਤੂੰ ਮੇਰੇ ਕੋਲੇ ਰਹੀ ਸਾਧੂ ਸਿੰਘ ਹੋਸ਼ ਵਿੱਚ ਤਾਂ ਹੈ ਤੂੰ, ਕੀ ਹਰਕਤ ਕਰ ਰਿਹਾ? ਮਰ ਜਾਣ ਦੇ ਮੈਨੂੰ, ਮੈਂ ਮਰਨਾ ਚਾਹੁੰਦਾ। ਖੁਦਕੁਸ਼ੀ ਡਰਪੋਕ ਕਰਦੇ ਆ। ਹਾਂ ਮੈਂ ਡਰਪੋਕ। ਅਰਦਾਸ ਕਰੋ ਸਰਬੱਤ ਦੇ ਭਲੇ ਦੀ, ਅਰਦਾਸ ਕਰੋ ਸਰਬੱਤ ਦੇ। ਜਵਾਕਾਂ ਨੂੰ ਮੁੱਕੀ ਨਹੀਂ ਆ ਜਵਾਕਾਂ ਨੂੰ ਫੋਨ ਕਰ ਪ੍ਰਿੰਸੀਪਲ ਨੂੰ ਕਹੋ ਜਵਾਕਾਂ ਜਵਾਕ ਕਹਿੰਦੇ ਬੈਟਰ ਮੈਨੂੰ ਇੱਥੇ ਸੀਟਾਂ ਕਲੀਅਰ ਕਰ ਦੇਣੀ ਉਹਨਾਂ ਨੇ। ਆ ਰਿਹਾ ਪ੍ਰਿੰਸੀਪਲ, ਇਹ ਵੀ ਸਾਡਾ ਸਟੂਡੈਂਟ ਆ ਜੀ, ਇਹ ਵੀ ਸਾਡਾ ਸਟੂਡੈਂਟ। ਪ੍ਰਿੰਸੀਪਲ ਸਰ ਆਪਣੇ ਜਵਾਕ ਨੂੰ ਬੜਾ ਸਮਝਾਓ ਜਾ ਕੇ ਉੱਥੇ। ਓ ਜਵਾਕੋ ਚੁੱਪ ਕਰਕੇ ਬੈਠ ਜਾ। ਪ੍ਰਿੰਸੀਪਲ ਬੋਲਾ ਕਿਸ ਨੇ? ਮੰਨ ਲਈ ਗੱਲ, ਪ੍ਰਿੰਸੀਪਲ ਦਾ ਹੁੰਦਾ ਤਾਂ ਦੇਖ। ਸੱਚੀ ਪ੍ਰਿੰਸੀਪਲ ਹੀ ਲੱਗਦਾ ਸਰ ਆ ਕੇ ਪੀਟੀ ਮੈਂ ਨੇ ਕੀ ਹੋਇਆ, ਕੀ ਚੱਕਰ ਪੈ ਗਿਆ, ਕੀ ਸਨੈਪਚੈਟ ਬਣਾ ਲੱਗਾ ਜੀ? ਨਾ ਸਨੈਪਚੈਟ ਫੋਨ ਕਰ ਜਵਾਕਾਂ ਲਈ ਫੁੱਲੇ ਲੈ ਕੇ ਜਾ ਰਹੇ ਹੁਣ ਜਵਾਕ ਰਹੇ ਜਵਾਕਾਂ ਲਈ ਤੁਹਾਡੇ ਲਈ ਨੀ ਸ਼ਰਮਲਾ ਹੀ ਤੁਸੀਂ ਉਹ ਜਵਾਕਾਂ ਵਿੱਚ ਉਹ ਵਿੱਚੋਂ ਖਾਣੇ ਨੀ ਜਵਾਕਾਂ ਲਈ ਆ ਤੂੰ ਤਾਂ ਜਵਾਕ ਨੂੰ ਖਾ ਲਾ ਲਓ ਜੀ ਆ ਜਾਓ ਇਹ ਸੇਵਾ ਹੀ ਆ ਸੇਵਾ ਹੀ ਆ ਕਰੋ ਯਾਰ ਕੱਢ ਲਓ ਕੱਢ ਲਓ ਮੁੰਡੇ ਸੇਵਾ ਹੀ ਆ ਇਹ ਚਲੋ ਤੂੰ ਆ ਅਮਰਤਾ ਲੈ ਜਾ ਲੈ ਕੇ ਜਾ ਮੈਂ ਲਓ ਬਣਾ ਲਵਾਂ ਚੱਲ 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 ਝੂਠਾ ਕਰ ਕਰਕੇ ਅੱਗੇ ਲਈ ਜਾਂਦਾ ਧਿਆਨ ਨਾਲ ਜਵਾਕਾਂ ਨੂੰ ਦੇਣੇ ਆਪ ਨੀ ਖਾਣੇ ਜਵਾਕਾਂ ਨੂੰ ਦੇਣੇ ਆ ਉਹ ਇਹਨੂੰ ਕਿਉਂ ਗਿਆ ਮੇਰੇ ਫੋਨ ਨੂੰ ਜਵਾਕਾਂ ਦੇ ਸਾਰੇ ਜਵਾਕਾਂ ਦੇ ਨਿਗਾਹ ਮਾਰ ਲਾ
ਓ ਜਵਾਕਾਂ ਨੂੰ ਦੇਣੇ ਮਾਮਾ ਤੂੰ ਆਪ ਖਾਈ ਖੂ ਜਾਣਾ ਡੋਲੀ ਜਾਂਦਾ ਰਿਸਪੋਨਸੀਬਿਲਟੀ ਆਪ ਹੀ ਖਾਈ ਜਾਂਦੇ ਨਹੀਂ 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 ਕੋਈ ਨਹੀਂ ਰਹਿਣਾ ਤੂੰ ਤਾਂ ਹੋਰ ਲਿਆਉਣੇ ਤੇਤੀ ਹੋ ਗਿਆ ਪਰੇ ਇੱਕ ਦੋ ਜਣੇ ਆ ਪਰੇ ਫੜਾ ਦੇ ਮੁੰਡਿਆਂ ਨੂੰ ਇੱਕ ਹੋਰ ਮੁੰਡੇ ਫਿਰ ਫੜਾ ਦੇ ਹਲੋ ਪੁੱਤ ਫੜੋ 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 ਪਾਪਾ ਤੁਰਿਆ ਤੁਰਿਆ ਵੇਖ ਪੁੱਤ ਬੱਚੇ ਨੂੰ ਹੋਏ ਇੱਕ ਨੀ ਦੋ ਜਾਣੇ ਆ ਕਿੰਨੇ ਹੋ ਗਏ ਟੋਟਲ ਜਸਪਾਲ ਕਿੰਨੇ ਹੋ ਗਏ 117 ਆਪਣਾ ਸਾਰਿਆਂ ਦਾ ਤੁਹਾਨੂੰ ਵਧੀਆ ਲੱਗਾ ਉਪਰਾਲਾ ਏ ਤੁਸੀਂ ਆਪਣੇ ਪਿੰਡ ਦੇ ਜਵਾਕ ਨੂੰ ਲੈ ਕੇ ਆਓ ਤੁਸੀਂ ਆਪ ਵੀ ਜਾਓ ਆਪਣੀ ਫੈਮਿਲੀ ਲੈ ਕੇ ਜਾਓ ਜਾਣਾ ਚਾਹੀਦਾ ਪਰ ਸਪੌਂਸਰ ਅੰਮ੍ਰਿਤ ਵੱਲੋਂ ਆਇਓ ਸਪੌਂਸਰ ਅੰਮ੍ਰਿਤ ਵੱਲੋਂ ਵਰਗ ਸਪੌਂਸਰ ਮੈਂ ਆਪ ਲੜਿਆ ਲੈਗਾ ਸਨੋਵਰਨਾਥ ਚ ਫਿਲਮ ਵੇਖ ਕੇ ਮੈਂ ਮੰਨ ਗਿਆ ਲੜਿਆ ਤੂੰ ਮੇਰੇ ਨਾਲ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਦੱਸਣ ਦਿਆ ਵਾ ਲੈ ਫਿਲਮ ਵੇਖਿਓ ਕਦੇ ਲੜਦਾ ਨਹੀਂ ਚਾਹੀਦਾ ਫਿਰ ਮੈਂ ਤਾਂ ਗੁੱਸਾ ਛੱਡਦਾ ਜਾ ਮੈਂ ਬੜਾ ਸਸਤਾ ਤੂੰ ਮਿੰਟ ਚ ਮੰਨ ਗਿਆ ਓਏ ਐ ਨਹੀਂ ਬੋਲੀਦਾ ਹੁੰਦਾ ਤੂੰ ਵਰਗਾ ਕਰਾ ਤੈਨੂੰ ਵੀ ਸਸਤੇ ਕਰੀਏ ਤੂੰ ਆ ਵੀ ਗੱਲ ਹੋ ਗਈ ਇੱਕ ਲਿਆ ਜੇ ਓ ਜਵਾਕੋ ਇਕੱਠੇ ਹੋਇਆ ਹਰੇ ਜਣੇ ਖੜਿਓ ਖੜਿਓ ਖੜ ਜਾ ਇਕੱਠੇ ਹੋ ਜਾ ਓ ਸਾਰੇ ਜਣੇ ਮੂਵੀ ਵੇਖ ਲਈ ਕਿਵੇਂ ਦੀ ਲੱਗੀ ਜੇ ਪਰਿਵਾਰ ਨਾਲ ਪੁੱਤ ਰਹੀਦਾ ਹੁੰਦਾ ਪਰਿਵਾਰ ਹੀ ਜ਼ਰੂਰੀ ਆ ਆਪਦੇ ਮਾਂ ਪਿਓ ਦੀ ਇੱਜ਼ਤ ਕਰਨੀ ਹਾਂ ਕੀ ਸਿੱਖਿਆ ਜੇ ਹਾਂ ਜ਼ਰੂਰੀ ਚੀਜ਼ ਡਾਲੇ ਖੋਲੋ ਭਾਜੀ ਹੋ ਜਾਓ ਅੱਗੇ ਭੱਜ ਕੇ ਡਾਲਿਆਂ ਨੂੰ ਹਾਏ ਗਾਇਸ ਦੱਸ ਜਵਾਕ ਨਾ ਰਹਿ ਜੇ ਕੋਈ ਚਲੋ ਚਲੋ ਅੱਗੇ ਬਹਿ ਜਾਗਾ ਪਿੱਛੇ ਬੈਠਾ ਟਰਾਲੀ ਲਾ ਹੋਵੇ ਹੋਵੇ ਕਿੱਧਰ ਚੜੀ ਜਾਂਦੇ ਸ਼ੋਰ ਚ ਮੈਨੂੰ ਕੀ ਕਹਿੰਦਾ ਹਾਂ ਹਾਂ ਪਿੱਛੇ ਨਾ ਬੈਠੀ ਟਰਾਲੀ ਲਾਰ ਕਰਦੀ ਆਹੋ ਜਵਾਕ ਨੇ ਫਿਲਮ ਵੇਖ ਲਈ ਆ ਤੇ ਜਵਾਕ ਚੱਲੇ ਘਰਾਂ ਨੂੰ ਕਿੰਨੀ ਖੁਸ਼ੀ ਹੋਈ ਜਵਾਕਾਂ ਨੂੰ ਹਨਾ ਯਾਰ ਲਓ ਚੱਲੇ ਜਵਾਕ ਸਾਰੇ
ਪੂਰੇ ਕੋਸ਼ਾਂ ਜਵਾਕ ਹੋਏ ਹੈ ਕਹਿੰਦੇ ਦਵਾਰ ਦੇ ਵਿੱਚ ਲੈ ਲੈ ਟਰਾਲੀ ਭਰ ਕੇ ਆਈ ਜਵਾਕਾਂ ਦੀ ਸਾਡੇ ਵੀਰ ਸਾਰੇ ਖੜੇ ਹੋਏ ਇੱਧਰ ਵੇਖੋ ਲੈ ਇਹਨਾਂ ਨੇ ਮੂਵੀ ਵਿਖਾਈ ਆ ਇਹਨਾਂ ਤੁਸੀਂ ਵਿੱਚੇ ਭੱਜ ਗਏ ਵੇਖ ਕੇ ਨਹੀਂ ਬਹੁਤ ਵਧੀਆ ਕੰਮ ਕਰ ਰਿਹਾ ਵੀਰੇ ਬਹੁਤ ਦਿਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਦਵਾਵਾਂ ਤੁਹਾਨੂੰ ਬਹੁਤ ਸਾਰੀਆਂ ਅਸੀਂ ਕੰਮ ਸਮਾਨ ਲੈ ਗਿਆ ਮਸ਼ੀਨ ਵੈਲਡਿੰਗ ਵਾਲਾ ਜੇ ਕਿਹਨੇ ਵੈਲਡ ਸੈੱਟ ਕਰਾਉਣਾ ਦੱਸ ਦਿਓ ਠੀਕ ਆ ਟਰਾਲਾ ਟਰੂਲਾ ਵੈਲਡ ਕਰਾਉਣਾ ਦੱਸ ਦਿਓ ਤੇਰੀਆਂ ਮੁੱਛਾਂ ਕਰਨੀਆਂ ਤੇਰੇ ਲੱਤਾਂ ਵੈਲਡਿੰਗ ਕਰਨੀਆਂ ਲੰਮਾ ਕਰਦਾ ਤੈਨੂੰ ਤੇ ਲਓ ਜੀ ਆਪਣਾ ਵਲੌਗ ਹੁੰਦਾ ਖਤਮ ਆ ਤੇ ਬਹੁਤ ਸੋਹਣੀ ਮੂਵੀ ਸੀਗੀ ਸਾਰੇ ਜ਼ਰੂਰ ਦੇਖਣ ਜਾਇਓ ਤੇ ਘੈਂਟ ਮੂਵੀ ਆ ਬਹੁਤ ਸੋਹਣੀ ਮੂਵੀ ਆ ਬਹੁਤ ਸੋਹਣਾ ਮੈਸੇਜ ਦਿੱਤਾ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਜਿਹਨੇ ਨਹੀਂ ਕੀਤਾ ਥੈਂਕ ਯੂ ਸੋ ਮਚ।